press the bell icon and never miss a video from newsnumber.com. ਸਿਰਸਾ ਡੇਰਾ ਮੁਖੀ ਰਾਮ ਰਹੀਮ ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਕੇਸ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਗਿਆ। ਇਹ ਫੈਸਲਾ ਹਰਿਆਣਾ ਦੀ ਪੰਚਕੂਲਾ ਸਥਿਤ CBI ਅਦਾਲਤ ਵਿੱਚ ਸੁਣਾਇਆ ਗਿਆ। ਇਸ ਕਤਲ ਕੇਸ ਵਿੱਚ ਰਾਮ ਰਹੀਮ ਦੇ ਨਾਲ ਨਾਲ ਉਹਦੇ ਮੈਨੇਜਰ ਅਤੇ ਦੋ ਡੇਰਾ ਪ੍ਰੇਮੀਆਂ ਨੂੰ ਵੀ ਦੋਸ਼ੀ ਠਹਿਰਾਇਆ ਗਿਆ। ਰਾਮ ਰਹੀਮ ਸਮੇਤ ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ 17 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ। ਇਸ ਫੈਸਲੇ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਸਪੁੱਤਰ ਅੰਸ਼ੁਲ ਛਤਰਪਤੀ ਨੇ 17 ਸਾਲ ਬਾਅਦ ਨਿਆਂ ਮਿਲਣ ਤੇ ਤਸੱਲੀ ਪ੍ਰਗਟਾਈ ਅਤੇ ਮਾਣਯੋਗ ਅਦਾਲਤ ਦਾ ਧੰਨਵਾਦ ਕੀਤਾ। ਸਬਸੇ ਪਹਿਲੇ ਅੱਜ ਅਦਾਲਤ ਨੇ ਜੋ ਫੈਸਲਾ ਸੁਣਾਇਆ ਹੈ, ਗੁਰਮੀਤ, ਰਾਮ ਰਹੀਮ, ਕਿਸ਼ਨ ਲਾਲ, ਨਿਰਮਲ ਸਿੰਘ, ਕੁਲਦੀਪ ਸਿੰਘ, ਚਾਰੋਂ ਲੋਕੋਂ ਕੋ ਦੋਸ਼ੀ ਕਰਾਰ ਦਿਆ ਹੈ। ਤੋ ਹਮ ਅਦਾਲਤ ਕੇ ਰਿਣੀ ਹੈ। ਹਮੇ ਬਿਲਕੁਲ 16-17 ਸਾਲੋਂ ਸੇ ਯੇ ਉਮੀਦ ਥੀ ਕਿ ਹਮੇ ਅਦਾਲਤ ਸੇ ਨਿਆਏ ਮਿਲੇਗਾ, ਔਰ ਆਜ ਆਖਿਰਕਾਰ ਮਾਨਿਆ ਜੱਜ ਸਾਹਿਬ ਨੇ ਜਬ ਫੈਸਲਾ ਸੁਣਾਇਆ ਤੋ ਹਮ ਆਪਣੇ ਇਮੋਸ਼ਨਸ ਕੰਟਰੋਲ ਨਹੀਂ ਕਰ ਪਾਏ। ਹਮਨੇ ਜੱਜ ਸਾਹਿਬ ਕਾ ਬਿਲਕੁਲ ਥੈਂਕਸ ਕੀਆ, ਧੰਨਵਾਦ ਜਤਾਇਆ, ਔਰ ਕਹਾ ਕਿ ਆਪ ਹਮਾਰੇ ਲੀਏ ਭਗਵਾਨ ਕਾ ਰੂਪ ਹੈ। ਤੋ ਬਿਲਕੁਲ ਮਾਨਿਆ ਜੱਜ ਸਾਹਿਬ ਹਮਾਰੇ ਲੀਏ ਭਗਵਾਨ ਕਾ ਰੂਪ ਬਣ ਕਰ ਆਏ, ਜਿਨ੍ਹੋਂਨੇ ਹਮੇ ਇਤਨੇ ਸਮੇਂ ਬਾਅਦ ਇਤਨੇ ਲੰਬੇ ਸਮੇਂ ਬਾਅਦ ਇੱਕ ਨਿਆਏ ਦਿਆ। ਔਰ ਦੂਸਰਾ ਮੈਂ ਥੈਂਕਸ ਕਰਨਾ ਚਾਹੂੰਗਾ ਉਨ ਲੋਕੋਂ ਕਾ ਜਿਨ੍ਹੋਂਨੇ ਇਸ ਪੂਰੇ ਲੰਬੇ ਸੰਘਰਸ਼ ਕੇ ਦੌਰਾਨ ਹਮਾਰੇ ਕੰਧੇ ਸੇ ਕੰਧਾ ਮਿਲਾ ਕਰ ਹਮਾਰਾ ਸਾਥ ਦਿਆ। ਹਮਾਰੇ ਗਵਾਹੋਂ ਕਾ ਮੈਂ ਰਿਣੀ ਹੂੰ, ਥੈਂਕਸ ਹੂੰ, ਜਿਨ੍ਹੋਂਨੇ ਬਿਲਕੁਲ ਅਦਾਲਤ ਕੇ ਅੰਦਰ ਇਤਨੇ ਦਬਾਵ ਕੇ ਬਾਵਜੂਦ ਬਿਲਕੁਲ ਖੜੇ ਹੋ ਕਰ ਠੋਸ ਤਰੀਕੇ ਸੇ ਆਪਣੀ ਗਵਾਹੀ ਦੀ। ਇਸ ਉੱਪਰ CBI ਜੱਜ ਜਗਦੀਪ ਸਿੰਘ ਨੇ ਚਾਰਾਂ ਦੋਸ਼ੀਆਂ ਵਿਰੁੱਧ ਫੈਸਲਾ ਸੁਣਾਇਆ। ਫੈਸਲੇ ਉਪਰੰਤ CBI ਵਕੀਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਮ ਰਹੀਮ ਸਮੇਤ ਬਾਕੀ ਸਾਰੇ ਦੋਸ਼ੀਆਂ ਨੂੰ 17 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ। ਆਜ ਜੋ ਫੈਸਲਾ ਸੁਣਾਇਆ ਗਿਆ ਹੈ ਉਸਮੇ ਕੁਲਦੀਪ ਸਿੰਘ ਔਰ ਨਿਰਮਲ ਸਿੰਘ ਜੋ ਦੋ ਅਕਿਊਜ਼ਡ ਹੈ ਉਨਕੋ 302 ਔਰ 120 ਦੀ IPC ਇਸਕੇ ਤਹਿਤ ਸਜ਼ਾ ਦੀ ਗਈ ਹੈ। ਮਿਤੀ ਉਲਟ ਕਿਹਾ ਗਿਆ ਹੈ। ਕ੍ਰਿਸ਼ਨ ਲਾਲ ਔਰ ਕੁਲਦੀਪ ਸਿੰਘ ਨੂੰ 120 ਦੀ ਮਿਤੀ ਉਲਟ ਕਿਹਾ ਗਿਆ ਹੈ। ਇਸਕੇ ਇਲਾਵਾ ਨਿਰਮਲ ਸਿੰਘ ਕੋ ਸੈਕਸ਼ਨ 25 ਐਕਟ ਮੇ ਗਿਲਟੀ ਹੋਲਡ ਕੀਆ ਗਿਆ ਹੈ ਔਰ ਕ੍ਰਿਸ਼ਨ ਲਾਲ ਕੋ ਸੈਕਸ਼ਨ 29 ਆਫ ਆਰਮਡ ਐਕਟ ਮੇ ਗਿਲਟੀ ਹੋਲਡ ਕੀਆ ਗਿਆ। ਸਜ਼ਾ ਕੁਆਂਟਮ ਕੇ ਲੀਏ ਆਨਰੇਬਲ ਕੋਰਟ ਨੇ 17 ਤਰੀਕ ਫਿਕਸ ਕੀ ਹੈ ਕਿਉਂਕਿ ਕੁਛ ਪ੍ਰੋਸੀਜਰਲ ਫਾਰਮੈਲਿਟੀਜ਼ ਸਟੇਟ ਕੀ ਤਰਫ ਸੇ ਐਡਮਿਨਿਸਟ੍ਰੇਸ਼ਨ ਕੀ ਤਰਫ ਸੇ ਕੰਪਲੀਟ ਕਰਨੀ ਥੀ, ਇਸ ਲੀਏ 17 ਤਰੀਕ ਉਨ੍ਹੋਂ ਨੇ ਫਿਕਸ ਕੀ ਹੈ।